ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਬੂੰਦੀ ਦੇ ਲੱਡੂ ਬਣਾਵਾਂਗੇ ਅਤੇ ਇਹਨਾਂ ਲੱਡੂਆਂ ਨੂੰ ਬਣਾਉਣ ਲਈ ਆਪਾਂ ਬਿਲਕੁਲ ਦੇਸੀ ਤਰੀਕੇ ਨਾਲ ਮਾਪ ਕੇ ਆਪਾਂ ਲੱਡੂ ਤਿਆਰ ਕਰਾਂਗੇ, ਜਿਹੜੇ ਤੁਸੀਂ ਨੋਰਮਲੀ ਘਰ ਦੇ ਵਿੱਚ ਆਰਾਮਦਾਰੀ ਦੇ ਨਾਲ ਕਿਸੇ ਵੀ ਬਰਤਨ ਦੇ ਨਾਲ ਮਾਪ ਕੇ ਬਣਾ ਸਕਦੇ ਹੋ। ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਚਾਸ਼ਨੀ ਤਿਆਰ ਕਰਾਂਗੇ ਅਤੇ ਚਾਸ਼ਨੀ ਤਿਆਰ ਕਰਨ ਲਈ ਮੈਂ ਇੱਕ ਖੰਡ ਦਾ ਵੱਡਾ ਕੌਲਾ ਲਿਆ ਅਤੇ ਆਪਾਂ ਇਸੇ ਕੌਲੇ ਨਾਲ ਨਾਪ ਲੈਣਾ ਅਤੇ ਇਹ ਖੰਡ ਦੇ ਵਿੱਚ ਪਾਣੀ ਪਾਉਣਾ, ਜਿਹੜਾ ਆਪਾਂ ਇੰਨਾ ਕੁ ਪਾਉਣਾ ਵੀ ਸਿਰਫ ਬਸ ਪਾਣੀ ਕਵਰ ਹੀ ਕਰੇ ਆਪਣਾ ਖੰਡ ਨੂੰ, ਅਤੇ ਖੰਡ ਦੇ ਉੱਪਰ ਦੀ ਪਾਣੀ ਨਹੀਂ ਹੋਣਾ ਚਾਹੀਦਾ। ਅਤੇ ਹੁਣ ਉਦੋਂ ਤੱਕ ਇਹਨੂੰ ਹਿਲਾਉਂਦੇ ਰਵਾਂਗੇ ਜਦੋਂ ਤੱਕ ਚੀਨੀ ਪੂਰਾ ਤਰ੍ਹਾਂ ਖੁਰ ਨਹੀਂ ਜਾਂਦੀ ਪਾਣੀ ਦੇ ਵਿੱਚ। ਹੁਣ ਆਪਾਂ ਸਮਾਨ ਦੇਖ ਲੈਣਾ ਕੀ ਚਾਹੀਦਾ। ਬੇਸਣ, ਇੱਕ ਖਾਲੀ ਬਰਤਨ ਅਤੇ ਪਾਣੀ ਅਤੇ ਥੋੜ੍ਹਾ ਜਿਹਾ ਰੰਗ। ਹੁਣ ਆਪਾਂ ਬੈਟਰ ਤਿਆਰ ਕਰਾਂਗੇ। ਹੁਣ ਆਪਾਂ ਜਿਹੜੇ ਕੌਲੇ ਨਾਲ ਚੀਨੀ ਪਾਈ ਸੀ ਉਸੇ ਕੌਲੇ ਨੂੰ ਭਰ ਕੇ ਆਪਾਂ ਇੱਕ ਬੇਸਣ ਦਾ ਲੈ ਲੈਣਾ ਅਤੇ ਇਹਨੂੰ ਆਪਾਂ ਇੱਕ ਬਰਤਨ, ਵੱਡੇ ਬਰਤਨ ਦੇ ਵਿੱਚ ਪਾ ਲੈਣਾ ਅਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਮਿਕਸ ਕਰਨਾ। ਪਾਣੀ ਥੋੜ੍ਹਾ ਥੋੜ੍ਹਾ ਪਾ ਕੇ ਮਿਕਸ ਕਰਨਾ ਤਾਂ ਜੋ ਇਹਦੇ ਵਿੱਚ ਇਕੱਠਾ ਨਾ ਬਣਨ। ਜੇ ਤੁਸੀਂ ਇਹ ਰੈਸਪੀ ਘਰ ਦੇ ਵਿੱਚ ਟਰਾਈ ਕਰ ਰਹੇ ਹੋ ਤਾਂ ਤੁਸੀਂ ਇੱਕ ਬਰਤਨ ਦੇ ਨਾਲ ਹੀ ਚੀਨੀ ਲਓ ਅਤੇ ਉਸੇ ਬਰਤਨ ਦੇ ਨਾਲ ਹੀ ਬੇਸਣ ਲਓ ਅਤੇ ਬਿਲਕੁਲ ਸਹੀ ਪਰਫੈਕਟ ਆਪਣੇ ਜਿਹੜੇ ਲੱਡੂ ਬਣ ਕੇ ਤਿਆਰ ਹੋਣਗੇ। ਲਓ ਜੀ, ਬੂੰਦੀ ਲਈ ਸਮੂਥ ਪੇਸਟ ਆ ਜਿਹੜਾ ਤਿਆਰ ਹੋ ਗਿਆ। ਹੁਣ ਇਹਦੇ ਵਿੱਚ ਅੱਧੇ ਚਮਚ ਤੋਂ ਵੀ ਘੱਟ ਆਪਾਂ ਫੂਡ ਕਲਰ ਪਾਉਣਾ। ਤੁਸੀਂ ਕੋਈ ਵੀ ਕਲਰ ਯੂਜ਼ ਕਰ ਸਕਦੇ ਹੋ ਅਤੇ ਮੈਂ ਔਰੇਂਜ ਕਲਰ ਯੂਜ਼ ਕਰ ਰਹੀ ਹਾਂ। ਕਲਰ ਪਾਉਣ ਤੋਂ ਬਾਅਦ ਪੇਸਟ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਆਪਾਂ ਨੂੰ ਜਿਹੜਾ ਪੇਸਟ ਚਾਹੀਦਾ ਉਹ ਰਨਿੰਗ ਕੰਸਿਸਟੈਂਸੀ ਵਾਲਾ ਚਾਹੀਦਾ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਰਨਿੰਗ ਵਾਲਾ ਆਪਾਂ ਨੂੰ ਜਿਹੜਾ ਪੇਸਟ ਹੈ ਉਹ ਚਾਹੀਦਾ। ਇਹਨੂੰ ਲਗਭਗ 1 ਮਿੰਟ ਲਈ ਚੰਗੀ ਤਰ੍ਹਾਂ ਫੈਂਟੋ। ਲਓ ਜੀ, ਪੇਸਟ ਆਪਣਾ ਤਿਆਰ ਹੋ ਗਿਆ। ਹੁਣ ਇਹਨੂੰ ਆਪਾਂ 5-10 ਮਿੰਟ ਲਈ ਰੈਸਟ ਲਈ ਰੱਖ ਦਾਂਗੇ। ਦੂਸਰੀ ਸਾਈਡ ਆਪਾਂ ਇੱਕ ਕੌਲੀ ਲੈ ਲੈਣੀ ਹੈ ਅਤੇ ਉਹਦੇ ਵਿੱਚ ਆਪਾਂ ਫੂਡ ਕਲਰ ਪਾਉਣਾ ਹੈ। ਇਹ ਅੱਧੇ ਚਮਚ ਤੋਂ ਘੱਟ ਹੈ। ਆਪਾਂ ਉਹੀ ਫੂਡ ਕਲਰ ਫਿਰ ਯੂਜ਼ ਕਰ ਰਹੇ ਹਾਂ ਜੋ ਆਪਾਂ ਬੈਟਰ ਦੇ ਵਿੱਚ ਯੂਜ਼ ਕੀਤਾ ਸੀ ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਕਲਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਾਣੀ ਦੇ ਵਿੱਚ। ਹੁਣ ਆਪਾਂ ਇਹ ਕਲਰ ਨੂੰ ਚਾਸ਼ਨੀ ਦੇ ਵਿੱਚ ਪਾਵਾਂਗੇ। ਚਾਸ਼ਨੀ ਵੀ ਆਪਣੀ ਤਿਆਰ ਹੋ ਗਈ ਹੈ। ਚਾਸ਼ਨੀ ਨੂੰ ਚੈੱਕ ਕਰਨ ਲਈ ਤੁਸੀਂ ਥੋੜ੍ਹਾ ਜਿਹਾ ਉਂਗਲ ਦੇ ਉੱਪਰ ਚਾਸ਼ਨੀ ਲਗਾ ਕੇ ਅਤੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ। ਦੇਖੋ, ਬਿਲਕੁਲ ਇਸ ਤਰ੍ਹਾਂ ਦੀ ਛੋਟੀ ਜਿਹੀ ਤਾਰ ਬਣਨੀ ਚਾਹੀਦੀ ਹੈ। ਦੇਖੋ, ਹੁਣ ਇਹ ਪਰਫੈਕਟ ਹੈਗੀ ਆਪਣੀ ਚਾਸ਼ਨੀ ਜੋ ਲੱਡੂ ਬਣਾਉਣ ਲਈ ਆਪਾਂ ਨੂੰ ਚਾਹੀਦੀ ਹੈ। ਹੁਣ ਆਪਾਂ ਜੋ ਫੂਡ ਕਲਰ ਪਾਣੀ ਦੇ ਵਿੱਚ ਘੋਲਿਆ ਸੀ ਉਹ ਆਪਾਂ ਚਾਸ਼ਨੀ ਦੇ ਵਿੱਚ ਪਾ ਕੇ ਚਾਸ਼ਨੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਨਾਲ ਹੀ ਆਪਣਾ ਘਿਓ ਹੈ ਜਿਹੜਾ ਪੂਰਾ ਗਰਮ ਹੋ ਚੁੱਕਾ ਹੈ। ਹੁਣ ਆਪਾਂ ਇਹਦੇ ਵਿੱਚ ਆਪਾਂ ਬੂੰਦੀ ਤਿਆਰ ਕਰਾਂਗੇ। ਬੂੰਦੀ ਬਣਾਉਣ ਲਈ ਮੈਂ ਇਸ ਤਰ੍ਹਾਂ ਦੀ ਛਣਨੀ ਯੂਜ਼ ਕਰ ਰਹੀ ਹਾਂ ਅਤੇ ਜੋ ਆਪਾਂ ਬੇਸਣ ਦਾ ਪੇਸਟ ਬਣਾਇਆ ਉਹ ਆਪਾਂ ਇਸ ਛਣਨੀ ਦੇ ਉੱਪਰ ਪਾ ਕੇ ਆਪਾਂ ਛੋਟੀ ਛੋਟੀ ਬੂੰਦੀ ਤਿਆਰ ਕਰਨੀ ਹੈ। ਬੂੰਦੀ ਨੂੰ ਆਪਾਂ ਉਦੋਂ ਤੱਕ ਹੀ ਤੇਲ ਦੇ ਵਿੱਚ ਫਰਾਈ ਕਰਨਾ ਹੈ ਜਦੋਂ ਤੱਕ ਇਹਦੇ ਵਿੱਚ ਇੱਕ ਆਵਾਜ਼ ਜੀ ਨਹੀਂ ਆਉਣ ਲੱਗ ਜਾਂਦੀ। ਜਦੋਂ ਇਹਦੇ ਵਿੱਚ ਇੱਕ ਖੜਖੜ ਦੀ ਆਵਾਜ਼ ਜੀ ਆਉਣ ਲੱਗ ਜਾਂਦੀ ਹੈ ਤਾਂ ਉਦੋਂ ਆਪਣੀ ਬੂੰਦੀ ਤਿਆਰ ਹੋ ਜਾਂਦੀ ਹੈ ਅਤੇ ਫਿਰ ਆਪਾਂ ਇਹਨੂੰ ਚਾਸ਼ਨੀ ਦੇ ਵਿੱਚ ਟ੍ਰਾਂਸਫਰ ਕਰ ਦੇਣਾ। ਲਓ ਜੀ, ਬੂੰਦੀ ਤਿਆਰ ਹੋ ਗਈ ਹੈ। ਹੁਣ ਆਪਾਂ ਇਹਨੂੰ ਚਾਸ਼ਨੀ ਦੇ ਵਿੱਚ ਪਾ ਕੇ ਨਾਲ ਦੀ ਨਾਲ ਚਾਸ਼ਨੀ ਦੇ ਵਿੱਚ ਆਪਾਂ ਕੜਛੀ ਮਾਰ ਦੇਣੀ ਹੈ ਤਾਂ ਜੋ ਇਹ ਚਾਸ਼ਨੀ ਨੂੰ ਚੰਗੀ ਤਰ੍ਹਾਂ ਅਬਜ਼ਰਵ ਕਰ ਲਏ। ਇਸੇ ਤਰ੍ਹਾਂ ਆਪਾਂ ਬਾਕੀ ਸਾਰੇ ਪੇਸਟ ਦੀ ਬੂੰਦੀ ਬਣਾ ਲੈਣੀ ਹੈ। ਜੇ ਤੁਹਾਨੂੰ ਰੈਸਪੀ ਐਕਸਪਲੇਨ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਸ਼ਾਂਤੀ ਦਾਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਹੀ ਉਹਦੇ ਬੈਲ ਦੇ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਸਾਰੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਣ।
लो जी सारी बूंदी है जिहड़ी अपनी तैयार हो गई है। तो हुण आपां सारी बूंदी नूं चंगी तरह चाशनी दे विच मिक्स करना है, क्योंकि चाशनी जिहड़ी पूरी पूरी है तो ये अपना सही मेजरमेंट सीगा, जिहड़ा सही माप सीगा अपना। तो तुसीं भी इसे तरह अपना सही माप दे नाल घर दे विच देसी तरीके दे नाल माप के लड्डू जिहड़े तैयार कर सकते हो। चाशनी है जिहड़ी वह थल्ले बैठ गई है तां करके ये चंगी तरह मिक्स नहीं हो रही, तो अपना बर्तन है जिहड़ा वह छोटा है। तो हुण आपां एक बड़ा बर्तन लैके उहदे विच सारी बूंदी कढ लैनी है। तुसीं देख सकते हो किन्नी चाशनी सी जिहड़ी वह नीचे रह गई सी। तो हुण आपां चाशनी नूं चंगी तरह बूंदी दे विच मिक्स करांगे। बूंदी अजे बहुत ही ज़्यादा गर्म है तां करके आपां इहदे लड्डू नहीं बना सकते। आपां इहनूं थोड़ी देर लई ढक के रख देंगे, 15-20 मिनट बाद आपां इहनूं चैक करांगे। हुण इह अपनी जिहड़ी बूंदी है वह परफेक्ट है लड्डू बनाउण लई। आपां इहनूं ज़्यादा ठंडा नहीं करना, नहीं तो आपां लड्डू नहीं बना सकते। तो तां करके आपां इहनूं इन्ना क गर्म रखना है जिहनूं अपने हथ सह सकन, तो आपां इहनूं आरामदारी दे नाल लड्डू बना सकीए। लड्डू बनाउण तों पहलां आपां इहनूं चंगी तरह मैश कर लैणा है। बूंदी नूं आपां इन्ना क मालना है जिहदे नाल आपां आसानी नाल वधिया लड्डू तैयार कर सकीए। लो जी हुण अपनी बूंदी है जिहड़ी वह परफेक्ट है लड्डू बनाउण लई। हुण आपां लड्डू बनावांगे। लड्डू तुसीं किसी भी साइज़ दे बना सकते हो, मैं मीडियम साइज़ दे बना रही हाँ। लड्डू आपां किसी भी शेप दे बना सकते हैं, इन्हां नूं आपां गोल भी बना सकते हैं तो लंबी शेप वाले भी बना सकते हैं। तो आपां पंजाबी ब्याहां दे विच नॉर्मली देखते ही हैं लड्डूआं दी शेप है जिहड़ी वह लंबे टाइप की भी हुंदी है तो गोल टाइप की भी हुंदी है। तुसीं लड्डूआं दे विच कोई भी ड्राई फ्रूट्स वगैरह भी पा सकते हो, जिवें कि मगज ज़्यादा पाउंदे हैगे लड्डूआं दे विच तां तुसीं वह भी पा सकते हो, तो जां इलायची पाउडर वगैरह भी पा सकते हो। लो जी सारे लड्डू अपने जिहड़े वह तैयार हो गए हैं। तो ये आपां 1 किलो बेसन दे बनाए हैं, तुसीं देख सकते हो बहुत सारे लड्डू बन गए हैं। तुसीं भी घर दे विच जरूर ट्राई करियो। बिल्कुल नेड़े तुसीं देख सकते हो लड्डू है जिहड़े किहे जे बने अपने। तो ये लड्डू बिल्कुल जिवें आपां ब्याह दे विच आपां लड्डू बनाउणे आ ना, तां बिल्कुल उस टाइप दे बने हैं। तो जे तुहानूं ये रैसपी चंगी लगी होवे तां ये वीडियो नूं वध तों वध शेयर करो, तो घर दे विच तुसीं भी जरूर ट्राई करके देखियो। तो बहुत ही ज़्यादा टेस्टी बनते हैं। थैंक यू फॉर वॉचिंग।